ਕਿਸਾਨ ਵੀਰੋ ਬਹੁਤ ਸਾਰੇ ਵੀਰਾਂ ਨੂੰ ਗੁਲਾਬੀ ਸੁੰਡੀ ਦੀ ਨਰਮੇ ਦੀ ਫਸਲ ਤੇ ਦਿੱਕਤ ਆਈ ਹੈ। ਇਹ ਸੁੰਡੀ ਕਾਫੀ ਨੁਕਸਾਨ ਫਸਲ ਦਾ ਕਰਦੀ ਹੈ। ਇਸ ਵੀਡੀਓ ਵਿੱਚ ਆਪਾਂ ਇਸ ਦੇ ਕੰਟਰੋਲ, ਹਮਲੇ ਤੇ ਇਹਦੇ ਜੀਵਨ ਚੱਕਰ ਤੇ ਝਾਤ ਮਾਰਾਂਗੇ। ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ। ਜਿੰਨਾ ਵੀਰਾਂ ਨੇ ਹੁਣ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਤਾਂ ਜੋ ਹਰ ਖੇਤੀ ਸਬੰਧੀ ਜਾਣਕਾਰੀ ਤੁਹਾਡੇ ਫੋਨ ਤੱਕ ਪਹੁੰਚ ਸਕੇ। ਤੇ ਦੋਸਤੋ ਜਲਦੀ-ਜਲਦੀ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰਦਿਆ ਕਰੋ। ਤਾਂ ਜੋ ਹੋਰ ਕਿਸਾਨ ਵੀਰਾਂ ਕੋਲ ਵੀ ਜਾਣਕਾਰੀ ਪੁੱਜ ਸਕੇ। ਦੋਸਤੋ ਜਿਹੜੀਆਂ ਤੁਹਾਨੂੰ ਇਹ ਫੋਟੋਆਂ ਦਿਖ ਰਹੀਆਂ ਇਹ ਗੁਲਾਬੀ ਸੁੰਡੀ ਦੇ ਹਮਲੇ ਵਾਲੀਆਂ ਨੇ ਇਹ ਸੁੰਡੀ ਕਾਫੀ ਨਰਮੇ ਦਾ ਨੁਕਸਾਨ ਕਰਦੀ ਹੈ ਆਪਣਾ ਨਰਮਾ ਦੋ ਵਾਰੀ ਜਾਂ ਤਿੰਨ ਵਾਰੀ ਫਲ ਚੱਕਦਾ ਇਸ ਕਰਕੇ ਇਸ ਦੀ ਰੋਕਥਾਮ ਥੋੜੀ ਮੁਸ਼ਕਲ ਹੋ ਜਾਂਦੀ ਹੈ ਤੇ ਇਹਦੇ ਹਮਲੇ ਵਾਲੇ ਟੀਂਡੇ ਹਮਲੇ ਤੋਂ ਬਾਅਦ ਡਿੱਗ ਜਾਂਦੇ ਆ ਇਹਦਾ ਮੋਤ ਹੁੰਦਾ ਜਿਹੜਾ ਆਪ ਮੁੱਕੜ ਜਾਂਦਾ ਇਹ ਆਂਡੇ ਦਿੰਦਾ ਇਹ ਜਿਆਦਾ ਵੱਡਾ ਨਹੀਂ ਹੁੰਦਾ ਫੰਗ ਭੂਰੇ ਹੁੰਦੇ ਆ ਤੇ ਇਹਨਾਂ ਤੇ ਛੋਟੇ ਛੋਟੇ ਸਪੋਰਟਸ ਹੁੰਦੇ ਆ ਕਾਲੇ ਜਿਹੇ ਰੰਗ ਦੇ ਜਿਹੜਾ ਮੁੱਕੜ ਹੁੰਦਾ ਉਹ ਪੱਤੇ ਦੇ ਇਹ ਫੁੱਲ ਦੇ ਹੇਠਲੇ ਪਾਸੇ ਅੰਡੇ ਦਿੰਦਾ ਹੈ ਤੇ 4-5 ਦਿਨਾਂ ਦੇ ਵਿੱਚ ਇਹਦੇ ਲਾਰਵੇ ਖਾਣ ਲੱਗ ਜਾਂਦੇ ਆ ਟਿੰਡੇ ਵਿੱਚ ਸੁਰਾਖ ਕਰਕੇ ਅੰਦਰ ਬੜੇਵਿਆਂ ਨੂੰ ਖਾਂਦੇ ਆ ਆਪਦਾ ਇਹ ਜੀਵਨ ਚੱਕਰ 25 ਤੋਂ 35 ਦਿਨਾਂ ਦੇ ਵਿੱਚ ਪੂਰਾ ਕਰ ਲੈਂਦੇ ਆ ਇਹ ਜਿਹੜੀ ਸੁੰਡੀ ਹੈ 25 ਤੋਂ 35 ਦਿਨਾਂ ਦੇ ਵਿੱਚ ਆਪਦਾ ਜੀਵਨ ਚੱਕਰ ਪੂਰਾ ਕਰ ਲੈਂਦੀ ਆ ਤੇ ਇਸ ਦਾ ਅਡਲਟ ਇੱਕ ਵਾਰ ਦੇ ਵਿੱਚ 125 ਅੰਡੇ ਦੇ ਸਕਦਾ ਤੇ ਅੰਡੇ ਵਿੱਚੋਂ ਸੁੰਡੀ ਨਿਕਲਣ ਤੋਂ ਬਾਅਦ ਆਪਾਂ ਇਹਨੂੰ ਲਾਰਵਾ ਕਹਿ ਸਕਦੇ ਆ 10 ਤੋਂ 14 ਦਿਨਾਂ ਤੱਕ ਇਹ ਲਾਰਵਾ ਸਟੇਜ ਵਿੱਚ ਹੀ ਰਹਿੰਦੀ ਹੈ ਤੇ ਉਸ ਤੋਂ ਬਾਅਦ ਇਹ ਪਿਉਪਾ ਸਟੇਜ ਵਿੱਚ ਚਲੀ ਜਾਂਦੀ ਹੈ ਤੇ ਫਿਰ ਅਡਲਟ ਇਸ ਤਰ੍ਹਾਂ ਇਸ ਦਾ ਜੀਵਨ ਚੱਕਰ ਪੂਰਾ ਹੁੰਦਾ ਇਹ ਸੁੰਡੀ ਲਗਭਗ ਪੂਰੇ ਭਾਰਤ ਵਿੱਚ ਵੇਖਣ ਨੂੰ ਮਿਲਦੀ ਹੈ ਜਿਵੇਂ ਪੰਜਾਬ ਮੱਧ ਪ੍ਰਦੇਸ਼ ਗੁਜਰਾਤ ਮਹਾਰਾਸ਼ਟਰ ਰਾਜਸਥਾਨ ਅਰुणाचल प्रदेश ਤੇ ਹੋਰ ਵੀ ਸਟੇਟਾਂ ਵਿੱਚ ਵੇਖਣ ਨੂੰ ਮਿਲਦੀ ਹੈ ਤੇ ਜਦੋਂ ਫਸਲ ਨਹੀਂ ਹੁੰਦੀ ਤਾਂ ਇਹ ਮਿੱਟੀ ਵਿੱਚ ਰਹਿੰਦੀ ਹੈ ਜੇ ਆਪਾਂ ਕਹ ਲਈਏ ਵੀ ਇਹ ਹਾਈਬਰਨੇਸ਼ਨ ਸਟੇਜ ਵਿੱਚ ਚਲੀ ਜਾਂਦੀ ਹੈ ਜਿਹੜਾ ਇਸ ਦਾ ਭਮੱਕੜ ਉਹ ਰਾਤ ਨੂੰ ਜ਼ਿਆਦਾ ਐਕਟਿਵ ਹੁੰਦਾ ਹੈ ਤੇ ਲਾਈਟ ਵੱਲ ਅਟਰੈਕਟ ਜ਼ਿਆਦਾ ਹੁੰਦਾ ਹੈ। ਇਹਦੇ ਤੋਂ ਮੱਕੜ ਲਈ ਲਾਈਟ Trap ਵੀ ਲਗਾਏ ਜਾ ਸਕਦੇ ਆ। 扑ਮੱਕੜ ਵਾਸਤੇ ਸਟਿਕਾ ਜਾਂ ਡੈਲਟਾ ਨਾਂ ਦਾ ਇੱਕ Trap ਇੱਕ ਹੈਕਟੇਅਰ ਵਿੱਚ ਲਾਇਆ ਜਾਂਦਾ ਹੈ। ਅਗਰ ਕੈਮੀਕਲੀ ਕੰਟਰੋਲ ਵੇਖੀਏ ਤਾਂ ਇਸ ਨੂੰ ਆਪਾਂ ਇਵਾਂ ਮੈਕਟਨ ਬੈਂਜੋਇਟ ਜਿਹੜੀ ਪ੍ਰੋਕਲੇਮ ਦੇ ਨਾਂ ਤੇ ਆਉਂਦੀ ਹੈ ਉਹਦੇ ਨਾਲ ਇਹਦਾ ਕੰਟਰੋਲ ਕਰ ਸਕਦੇ ਆ। ਫੇਮ ਨਾਲ ਇਸ ਦਾ ਕੰਟਰੋਲ ਕਰ ਸਕਦੇ ਆ। ਇਹਦੇ ਵਿੱਚ ਫਲੂਬੈਂਡਾਮਾਈਡ ਹੁੰਦਾ। ਇੱਕ ਗੱਲ ਦਾ ਧਿਆਨ ਰੱਖਿਓ ਫੇਮ ਦੀ ਡੋਜ਼ ਆਪਾਂ ਗੋਪ ਦੀ ਸੁੰਡੀ ਵਾਸਤੇ 20 ml ਝੋਨੇ ਤੇ ਵਰਤਦੇ ਆ। ਪਰ ਨਰਮੇ ਤੇ ਇਸ ਦੇ ਲਈ ਆਪਾਂ 40 ਐਮਲ ਪਰ ਏਕੜ ਵਰਤਣੀ ਆ। ਅਗਰ ਆਪਾਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀ ਸਿਫਾਰਸ਼ ਦੀ ਗੱਲ ਕਰੀਏ ਤਾਂ ਉਹਨਾਂ ਨੇ ਇਸ ਦੇ ਕੰਟਰੋਲ ਵਾਸਤੇ α-methrin, cypermethrin, delta-methrin, fenvalerate, thiodicarb, profenofas ਜਾਂ ethion ਅਤੇ fame ਇਹਨਾਂ ਵਿੱਚੋਂ ਆਪਾਂ ਕੋਈ ਵੀ ਦਵਾਈ ਵਰਤ ਕੇ ਇਸ ਦਾ ਕੰਟਰੋਲ ਕਰ ਸਕਦੇ ਹਾਂ। ਕਈ ਵੀਰ ਇਸ ਦੇ ਕੰਟਰੋਲ ਲਈ ਸੇਜੰਟਾ ਦਾ ਐਮਪਲੀਗੋ ਜਿਸ ਦੇ ਵਿੱਚ ক্লোਰੈਂਟ੍ਰੈਨਿਪਰੋਲ ਤੇ ਲੈਂਡਾ ਹੁੰਦੀ ਹੈ ਉਹ ਵਰਤਦੇ ਆ 100 ਐਮਐਲ ਪਰ ਏਕੜ ਦੀ ਤੇ ਕੁਝ ਵੀਰ ਡੈਲਟਾ ਮੈਥ੍ਰਿਨ ਜਿਹੜੀ 11% ਵਾਲੀ ਹੁੰਦੀ ਹੈ ਤੇ ਕੁਝ ਵੀਰ ਬੇਰ ਦਾ ਬੈਟ ਐਕਸਪਰਟ ਦੇ ਨਾਂ ਤੇ ਜਿਹੜਾ ਪ੍ਰੋਡਕਟ ਆਉਂਦਾ ਉਹ ਵਰਤਦੇ ਆ ਇਹਦੇ ਵਿੱਚ ਫੇਮ ਵਾਲਾ ਸਾਲਟ ਹੁੰਦਾ ਫਲੂਬੈਂਡਾਮਾਈਡ ਤੇ ਨਾਲ ਇਹਦੇ ਥਾਈਕਲੋਪਰੇਟ ਹੁੰਦਾ ਇਹ 60 ਐਮਐਲ ਪਰ ਏਕੜ ਵਰਤ ਸਕਦੇ ਆ ਤੇ ਦੋਸਤੋ ਬੇਫਾਲਤੂ ਦੀ ਸਪਰੇਅ ਨਾਲੋਂ ਆਪਣੀ ਫਸਲ ਦਾ ਸਰਵੇਖਣ ਹਰ ਰੋਜ਼ ਜ਼ਰੂਰ ਕਰਿਆ ਕਰੋ ਤੇ ਤੁਹਾਡੇ ਨਾਲੋਂ ਵੱਧ ਕੋਈ ਤੁਹਾਡੀ ਫਸਲ ਨੂੰ ਤੇ ਤੁਹਾਡੀ ਜ਼ਮੀਨ ਨੂੰ ਨਹੀਂ ਜਾਣ ਸਕਦਾ ਤੇ ਬੇਲੋੜੀ ਸਪਰੇਅ ਤੋਂ ਵੀ ਆਪਾਂ ਬਚੀਏ ਤੇ ਆਪਾਂ ਆਪਣਾ ਖਰਚੇ ਨੂੰ ਘਟਾਈਏ। ਦੋਸਤੋ ਉਮੀਦ ਕਰਦੇ ਹਾਂ ਇਹ ਦਿੱਤੀ ਜਾਣਕਾਰੀ ਤੁਹਾਡੇ ਲਈ ਲਾਹੇਵੰਦ ਹੋਵੇਗੀ। ਅਗਰ ਦਿੱਤੀ ਜਾਣਕਾਰੀ ਚੰਗੀ ਲੱਗੇ ਤਾਂ ਵੀਡੀਓ ਨੂੰ ਕਰੋ ਲਾਈਕ ਤੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਨਾਲ ਹੀ ਘੰਟੀ ਵਾਲੇ ਬਟਨ ਤੇ ਜਰੂਰ ਕਲਿੱਕ ਕਰ ਦਿਓ ਤਾਂ ਜੋ ਹਰ ਨਵੀਂ ਅਪਡੇਟ ਤੁਹਾਡੇ ਫੋਨ ਤੱਕ ਪਹੁੰਚ ਸਕੇ। ਧੰਨਵਾਦ।